नमस्कार दोस्तों, आप सभी का अपने चैनल पर स्वागत करता हूं। तो दोस्तों, इस वीडियो के अंदर आपको दिखाएंगे भाई सिल्लू बहू के आज जो सेमीफाइनल मैच था उस वाले जफ़े। दोस्तों बिल्कुल सिल्लू बहू ने टॉप के जफ़े लगाए भाई सेमीफाइनल के अंदर। तो अगर पहली बार अपने चैनल पर आए तो चैनल को जरूर सब्सक्राइब कर लें। इधर के छोटा बच्चा आया विक्रम नाम आउदा, इस कबरू दा कहंदे ढौला गांव है। ਵੀਜ਼ਨ ਉਹਦੀ ਬਣ ਜਾਂਦਾ ਪਰ ਉਹਦੀਆਂ ਗੱਲਾਂ ਕਈਆਂ ਬਿੱਲਿਆ ਅੱਜ ਯਾਦਾਂ ਬਣ ਗਈਆਂ ਨੇ, ਉਹਦੀਆਂ ਕਈਆਂ ਗੱਲਾਂ ਝੋਟੇ ਦੀਆਂ ਯਾਦਾਂ ਬਣ ਗਈਆਂ ਨੇ। ਪੰਮਾ ਸਹਾਣੇ ਵਾਲਾ ਵੀ ਸਾਡੀ ਜ਼ਿੰਦਗੀ ਦਾ ਪਰ ਮਿੱਤਰ ਆ ਸਾਹਮਣੇ ਖੇਡ ਮੈਦਾਨ ਅੰਦਰ, ਇੱਕ ਪਾਸੇ ਸ਼ੀਲੂ 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 ਗੁਲਜ਼ਾਰੀ ਗੁਲਜ਼ਾਰੀ ਤੇ ਸ਼ੀਲੂ ਗੁਲਜ਼ਾਰੀ ਅੱਜ ਜੇ ਆ ਨੰਬਰ ਲੈ ਗਿਆ ਤੇ ਸਵਾ ਤੇ ਕਰਮਪਾਲ ਦੀ ਜੋੜੀ ਨੇ ਕਹਿੰਦੇ ਖੇਡ ਕਬੱਡੀ ਦੇ ਲਈ ਬੜਾ ਕੁਝ ਕੀਤਾ ਹੈ ਉਹਨਾਂ ਦੀ ਇਹ ਟੀਮ ਖੇਡਦੀ। ਔਰ 27 ਤਰੀਕ ਨੂੰ ਕੰਗਣਵਾਲ, 28 ਤਰੀਕ ਨੂੰ ਜੱਸੀ ਬੈਲਜੀਅਮ। ਸਰਮਾ ਫਰਵਾਹੀ ਵਾਲਾ ਕਹਿੰਦਾ ਵੀ ਹਾਰਲੇ ਦੇਵਾਂਗੇ ਬਰਨਾਲੇ ਦੇ ਵਿੱਚ, ਮਾਝਾ ਮਾਲਵਾ ਦੁਆਬਾ ਤੇ ਹਰਿਆਣੇ ਦੀ ਟੀਮ ਖੇਡੂਗੀ। ਆਹ ਹਰਿਆਣੇ ਵਾਲਾ ਸ਼ੀਲੂ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ। ਮਾਨ ਸਨਮਾਨ ਲੈ ਵੀ ਨੌਜਵਾਨ ਆਸਾਮ ਜਰਾ ਆਓ, ਆਵਾਜ਼ ਆਈ ਹੈ ਜਲਾਲ ਵਾਲਿਆ, ਦੁਨੀਆਂ ਦੇ ਟੌਪ ਨੇ ਕਬੱਡੀ ਖਿਡਾਰੀਆਂ ਦਾ ਜ਼ਿਕਰ ਸਮੇਂ ਸਮੇਂ ਉੱਤੇ, ਪਰ ਸ਼ੀਲੂ ਹੁਣ ਗਗਨ ਤੇ ਸ਼ੀਲੂ ਬੱਲੇ 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 ਲਲਤੋ ਵਾਲਿਆ ਡੇਂਜਰ ਜਾਸੀ ਸ਼ੀਲੂ ਅੱਜ ਦੀ ਤਰੀਕ ਦਾ ਸ਼ੀਲੂ ਅੱਜ ਦੀ ਤਰੀਕ ਦਾ ਆਹ ਵੇਖਦਾ ਸੱਦਾ ਦੇ ਰਿਹਾ ਕਮਾਲਪੁਰੇ ਦੇ ਵਿੱਚ ਮੇਰੇ ਵੀਰੇ। ਆਓ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ, ਮੱਖਣ ਮੱਖੀ ਦੀ ਹੈ, ਮੱਖੀ ਤੇ ਸ਼ੀਲੂ ਦੀ ਟੱਕਰ ਦੁਨੀਆ ਦੇਖਣਾ ਚਾਹੁੰਦੀ ਹੈ। ਸ਼ੀਲੂ ਤੇ ਸ਼ੀਲੂ ਦੀ ਟੱਕਰ ਦੁਨੀਆ ਦੇਖਣਾ ਚਾਹੁੰਦੀ ਹੈ। ਮੱਖੀ ਤੇ ਸ਼ੀਲੂ ਦੀ ਟੱਕਰ, 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 ਮੱਖੀ ਤੇ ਸ਼ੀਲੂ ਦੀ ਟੱਕਰ। तो दोस्तों सिल्लू बहू के जफ़े आपको कैसे लगे ये नीचे कमेंट बॉक्स में ज़रूर बताएं। अगर आप पहली बार अपने चैनल पर आए तो चैनल को जरूर सब्सक्राइब कर ले, साथ में बेल आइकन को भी दबा ले ताकि कबड्डी से जुड़ी हर जानकारी आपको सबसे पहले मिल सके।